जीसस के काल में राजन के दस भक्त का दी मेरे चने राजन देखे थे आज आप अपना मांगे शिमला मिर्च की सब्जी ਅਤੇ ਵੀ ਕ੍ਰਿਸਪੀ ਅਤੇ ਅੱਜ ਫਿਰ ਆਪਾਂ ਸ਼ੁਰੂ ਕਰਦੇ ਹਾਂ ਅਤੇ ਫਰੈਂਡਸ ਮੇਰੀ ਰਿਕੁਐਸਟ ਹੈ ਜੇ ਪਹਿਲੀ ਵਾਰੀ ਮੇਰੇ ਚੈਨਲ 'ਤੇ ਵਿਜ਼ਿਟ ਕਰਦੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਅਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗੀ ਅਤੇ ਅੱਜ ਫਿਰ ਆਪਾਂ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ 3 ਚਮਚੇ ਦੇ ਕਰੀਬ ਮੈਂ ਲਿਆ ਆ ਦੇਸੀ ਘਿਓ ਤੁਸੀਂ ਬਟਰ ਲੈ ਸਕਦੇ ਹਾਂ ਜਾਂ ਫਿਰ ਕੁਕਿੰਗ ਆਇਲ ਲੈ ਸਕਦੇ ਹਾਂ ਉਸ ਤੋਂ ਬਾਅਦ ਆਪਾਂ 1 ਚਮਚ ਲਿਆ ਆ ਜੀਰਾ ਅਤੇ ਆਪਾਂ ਮਾੜਾ ਜਿਹਾ ਕਲਰ ਚੇਂਜ ਹੋਣ ਦੀ ਵੇਟ ਕਰਾਂਗੇ ਜੀਰੇ ਦੀ ਅਤੇ ਹੁਣ ਆਪਾਂ ਪਾਵਾਂਗੇ ਓਨੀਅਨ ਮੈਂ 1 ਛੋਟਾ ਓਨੀਅਨ ਲਿਆ ਆ ਅਤੇ ਓਨੀਅਨ ਜਾ ਕੇ ਆਪਣਾ ਕਲਰ ਚੇਂਜ ਕਰੂਗਾ ਆਪਾਂ ਨਾਲ ਇਹਦੇ ਆਲੂ ਪਾਵਾਂਗੇ ਕਿਉਂਕਿ ਆਪਾਂ ਬਾਕੀ ਦੇ ਮਸਾਲੇ ਸਾਰੇ ਬਾਅਦ ਵਿੱਚ ਐਡ ਕਰਾਂਗੇ ਮੈਂ ਅੱਜ ਜਿਹੜੀ ਸ਼ਿਮਲਾ ਮਿਰਚ ਬਣਾਉਂਗੀ ਉਹਦੇ ਵਿੱਚ ਮੈਂ ਆਲੂ ਪਾਉਂਗੀ ਅਤੇ ਜਿਹੜੇ ਆਲੂ ਉਹ ਕਾਫੀ ਕ੍ਰਿਸਪੀ ਹੋ ਜਾਂਦੇ ਆ ਜਦੋਂ ਤੁਸੀਂ ਇੱਦਾਂ ਬਣਾਉਂਦੇ ਆ ਅਤੇ ਉਹ ਕਾਫੀ ਨਾਈਸ ਲੱਗਦਾ ਹੈ ਦੇਖੋ ਓਨੀਅਨ ਨੇ ਆਪਣੇ ਕਲਰ ਚੇਂਜ ਕਰ ਲਿਆ ਆ ਹੁਣ ਆਪਾਂ ਜਿਹੜਾ ਆਲੂ ਆਪਾਂ ਵਿੱਚ ਐਡ ਕਰ ਦਾਂਗੇ ਤੁਸੀਂ ਇਹਦੀ ਕੋਈ ਵੀ ਸ਼ੇਪਸ ਵਿੱਚ ਇਹਦੀ ਕਟਿੰਗ ਕਰ ਸਕਦੇ ਹਾਂ ਦੇਖੋ ਪਟੈਟੋ ਆਪਣੇ ਨੇ ਜਿਹੜਾ ਹੈ ਕਲਰ ਚੇਂਜ ਕਰ ਲਿਆ ਹੈ ਕ੍ਰਿਸਪੀ ਹੋ ਗਿਆ ਹੈ ਹੁਣ ਆਪਾਂ ਮਸਾਲੇ ਐਡ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਵਿੱਚ ਪਾਵਾਂਗੇ ਟਮਾਟੋ ਅਤੇ ਜਿਹੜਾ ਅਦਰਕ ਆ ਆਪਾਂ ਕੱਟਿਆ ਹੋਇਆ ਅਤੇ ਨਾਲ ਹੀ ਆਪਾਂ ਮਸਾਲੇ ਐਡ ਕਰ ਦਾਂਗੇ ਟਰਮਰਿਕ ਪਾਊਡਰ ਮਤਲਬ ਕਿ ਹਲਦੀ ਪਾਈ ਹੈ ਸੈਲ ਪਾਇਆ ਲੂਣ ਤੁਸੀਂ ਆਪਣੇ ਅਕੋਰਡਿੰਗ ਟੂ ਟੇਸਟ ਪਾਉਣਾ ਹੈ ਟਰਮਰਿਕ ਪਾਊਡਰ ਜਿਹੜਾ ਹਲਦੀ ਮੈਂ ਉਹ 1 ਚਮਚ ਪਾਈ ਆ ਅਤੇ ਰੈੱਡ ਚਿੱਲੀ ਇਹਦੇ ਵਿੱਚ ਮੈਂ ਯੂਜ਼ ਕਰ ਰਹੀ ਹਾਂ ਅਤੇ ਉਹਦਾ ਮੈਂ 1 ਸਪੂਨ ਪਾਇਆ ਹੈ ਆਪਾਂ ਨੇ 2 ਤੋਂ 3 ਮਿੰਟ ਤੱਕ ਪੱਕਣ ਦਿਆਂਗੇ ਹੁਣ ਆਪਾਂ ਇਹਦੇ ਵਿੱਚ ਸ਼ਿਮਲਾ ਮਿਰਚ ਐਡ ਕਰਾਂਗੇ ਸ਼ਿਮਲਾ ਮਿਰਚ ਮੈਂ 1 ਰੈੱਡ ਲਈ ਆ 1 ਗ੍ਰੀਨ ਲਈ ਆ ਅਤੇ 1 ਮੈਂ ਯੈਲੋ ਲਈ ਆ ਤੁਸੀਂ ਆਪਣੇ ਹਿਸਾਬ ਨਾਲ ਦੇਖ ਲਿਓ ਇਹ ਲੈਣੀ ਆ ਅਤੇ ਇਹਦੀ ਕਟਿੰਗ ਦੀ ਸ਼ੇਪ ਵੀ ਤੁਸੀਂ ਆਪਣੇ ਹਿਸਾਬ ਨਾਲ ਦੇਖ ਸਕਦੇ ਹੋ ਕਿੱਦਾਂ ਤੁਸੀਂ ਕੱਟਣੀ ਆ ਮੈਂ ਇੱਦਾਂ ਲਾਈਕ ਕਰਦੀ ਹਾਂ ਬਿਕੋਜ਼ ਇਹ ਨਾਲ ਆਲੂਆਂ ਦੀ ਕਾਫੀ ਕ੍ਰਿਸਪੀ ਹੋ ਜਾਂਦੀ ਹੈ ਅਤੇ ਨਾਈਸ ਲੱਗਦੀ ਹੈ ਤੁਸੀਂ ਇਹਨੂੰ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਜਾਂ ਫਿਰ ਕੋਈ ਦਾਲ ਬਣਾਈ ਹੈ ਜਿੱਦਾਂ ਉਹਦੇ ਨਾਲ ਤੁਸੀਂ ਸਬਜ਼ੀ ਸੁੱਕੀ ਐਡ ਕਰ ਸਕਦੇ ਹਾਂ ਜਿੱਦਾਂ ਖਾਣ ਨੂੰ ਜਿੱਦਾਂ ਲੰਚ ਵਿੱਚ ਲੈ ਸਕਦੇ ਡਿਨਰ 'ਚ ਲੈ ਸਕਦੇ ਹਾਂ ਕਾਫੀ ਨਾਈਸ ਲੱਗਦਾ ਹੈ ਤੁਸੀਂ ਇਹਨੂੰ ਦਹੀਂ ਦੇ ਨਾਲ ਵੀ ਲੈ ਸਕਦੇ ਹਾਂ ਜਿਹੜਾ ਭੱਲਿਆਂ ਦਾ ਦਹੀਂ ਬਣਾਈ ਦਾ ਜਾਂ ਫਿਰ ਜਿਹੜਾ ਪਕੌੜੀਆਂ ਦਾ ਦਹੀਂ ਹੁੰਦਾ ਹੈ ਜਿਹਨੂੰ ਕਹਿੰਦੇ ਆ ਦੇਖੋ ਸ਼ਿਮਲਾ ਮਿਰਚ ਆਪਣੀ ਬਣ ਕੇ ਰੈਡੀ ਆ ਕਾਫੀ ਨਾਈਸ ਬਣੀ ਆ ਅਤੇ ਕਾਫੀ ਕਲਰਫੁਲ ਬਣੀ ਆ ਅਤੇ ਹੁਣ ਆਪਾਂ ਇਹਦੇ ਵਿੱਚ ਪਾਉਂਗੇ ਧਨੀਆ ਪਾਊਡਰ ਮੈਂ ਜਿਹੜਾ ਸੁੱਕਾ ਧਨੀਆ ਪਾਊਡਰ ਯੂਜ਼ ਕਰ ਰਹੀ ਹਾਂ ਬਿਕੋਜ਼ ਮੈਨੂੰ ਕਾਫੀ ਮੈਂ ਲਾਈਕ ਕਰਦੀ ਹਾਂ ਅਤੇ ਆਪਾਂ ਇਹਨੂੰ ਪਾ ਲੈਂਦੇ ਹਾਂ ਸਰਵ ਕਰਨੇ ਦੇ ਦੇਖੋ ਕਿੰਨੀ ਸੋਹਣੀ ਬਣੀ ਆ ਬਣ ਕੇ ਰੈਡੀ ਤੁਸੀਂ ਵੀ ਇਸ ਤਰੀਕੇ ਨਾਲ ਬਣਾਇਆ